ਅੱਜ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਮਨਾਉਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਦਰਬਾਰ ਸਾਹਿਬ ਨੂੰ ਸਮੂਹ ਸੰਸਥਾ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਨਗਰ ਕੀਰਤਨ ਦੀ ਪ੍ਰਾਰੰਭਤਾ ਕੀਤੀ ਗਈ ਹੈ ਜੋ ਗੁਰਦੁਆਰਾ ਗੁਰੂ ਸਿੰਘ ਮਹਿਲਾ ਵਿਖੇ ਜਾ ਕਰਕੇ ਸੰਪੂਰਨ ਹੋਵੇਗੀ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤਿਲਕ ਜਨੂ ਰਾਖਾ ਪ੍ਰਵਤਾਕਾ ਇਹਨੋ ਵੱਡੋ ਕਲੂ ਮੈਂ ਸਕਦਾ। ਸਤਿਗੁਰਾਂ ਨੇ ਤਿਲਕ ਜਨੂ ਦੀ ਰਾਖੀ ਵਾਸਤੇ ਬਹੁਤ ਵੱਡਾ ਸਾਕਾ ਕੀਤਾ, ਬਹੁਤ ਵੱਡੀ ਕੁਰਬਾਨੀ ਕੀਤੀ, ਆਪਣੇ ਸਰੀਰ ਦਾ ਬਲੀਦਾਨ ਦੇ ਕੇ ਤਿਲਕ ਜਨੂ ਦੀ ਸਤਿਗੁਰਾਂ ਨੇ ਰਾਖੀ ਕੀਤੀ ਔਰ ਸਤਿਗੁਰਾਂ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਅੱਜ ਇਹ ਨਗਰ ਕੀਰਤਨ ਦੀ ਪ੍ਰਾਰੰਭਤਾ ਕੀਤੀ ਗਈ ਹੈ। ਸਤਿਗੁਰਾਂ ਨੇ ਜੋ ਆਏ ਹੋਏ ਗਰੀਬ ਨਤਾੜੇ ਨਤਾੜੇ ਹੋਏ ਜ਼ੁਲਮ ਦੇ ਮਾਰੇ ਹੋਏ ਜਿਨ੍ਹਾਂ ਦੀ ਕੋਈ ਬਾਂਹ ਨਹੀਂ ਸੀ ਫੜਦਾ ਉਹਨਾਂ ਦੀ ਬਾਂਹ ਫੜ ਕੇ ਉਹਨਾਂ ਦੇ ਧਰਮ ਦੀ ਰਾਖੀ ਕੀਤੀ। ਸਤਿਗੁਰੂ ਜੀ ਨੇ ਸਾਨੂੰ ਵੀ ਉਪਦੇਸ਼ ਦਿੱਤਾ ਕੋਈ ਗਰੀਬ ਗੁਰਬਾ ਕੋਈ ਨਤਾੜਿਆ ਹੋਇਆ ਕੋਈ ਬੰਦਾ ਆ ਜਾਵੇ ਅਤੇ ਉਹਦੀ ਬਾਂਹ ਫੜਨੀ ਹਰੇਕ ਗੁਰਸਿੱਖ ਮਾਈ ਭਾਈ ਦਾ ਫਰਜ਼ ਬਣਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਧੰਨ ਧੰਨ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਗੁਰਪੁਰਬ ਦੇ ਸੰਬੰਧ 'ਚ ਇਹ ਜਿਹੜਾ ਨਗਰ ਕੀਰਤਨ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਇਆ ਹੈ। ਇਹ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਜਾ ਕੇ ਜਿਹੜਾ ਸੰਪੂਰਨ ਹੋਣਾ ਹੈ। ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੂੰ ਹਿੰਦੀ ਚਾਤਰ ਕਿਹਾ ਜਾਂਦਾ ਹੈ ਇਹਨਾਂ ਨੇ ਕਸ਼ਮੀਰੀ ਪੰਡਤਾਂ ਦੀ ਪੁਕਾਰ ਦੇ ਉੱਤੇ ਆਪਣਾ ਹਿੰਦੂ ਧਰਮ ਵਾਸਤੇ ਜਿਹੜਾ ਹੈ ਆਪਣੀ ਜਿਹੜੀ ਆ ਸ਼ਹੀਦੀ ਜਿਹੜੀ ਦਿੱਤੀ ਸੀਗੀ ਅਤੇ ਉਹਨਾਂ ਦੀ ਸ਼ਹੀਦੀ ਗੁਰਪੁਰਬ ਦੇ ਸੰਬੰਧ 'ਚ ਇਹ ਜਿਹੜਾ ਨਗਰ ਕੀਰਤਨ ਜਿਹੜਾ ਨਿਕਲ ਰਿਹਾ। ਮਾਧਵੀ
ਯਾਰ ਕੀ ਆਪਣੀ ਵਾਰੀ ਨਿਕਲ ਲੱਗ ਪੈਂਦਾ ਆਪਣੇ।